ਬੇਕਾਬੂ ਦੁੱਧ ਦਾ ਕੈਂਟਰ ਵੜਿਆ 4 ਦੁਕਾਨਾਂ 'ਚ। ਆ ਦੇਖੋ ਦੁਕਾਨਾਂ ਦਾ ਕਰਤਾ ਭਾਰੀ ਨੁਕਸਾਨ। 2 ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਹੋਇਆ ਸੀ ਹਾਦਸਾ। ਤਾਂ ਇੱਕ ਤੇਜ਼ ਰਫ਼ਤਾਰ ਦੁੱਧ ਵਾਲੇ ਕੈਂਟਰ ਜਿਸ ਦੇ ਵਿੱਚ 20,000 ਲੀਟਰ ਦੁੱਧ ਦੇ ਨਾਲ ਇਹ ਭਰਿਆ ਹੋਇਆ ਸੀ, ਜੋ ਕਿ ਹਰਿਆਣੇ ਤੋਂ ਚੱਲ ਕੇ ਮੰਡੀ ਗੋਬਿੰਦਗੜ੍ਹ ਨੂੰ ਜਾ ਰਿਹਾ ਸੀ। ਤਾਂ 500 ਮੇਨ ਬਾਜ਼ਾਰ ਤੇ ਤੇਜ਼ ਰਫ਼ਤਾਰ ਤੇ ਚੱਲਦਿਆਂ ਇਹ ਬੇਕਾਬੂ ਹੋ ਜਾਂਦਾ ਹੈ ਤੇ 4 ਦੁਕਾਨਾਂ ਦੇ ਵਿੱਚ ਵੜ ਜਾਂਦਾ। ਤਾਂ ਦੁਕਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਂਦਾ। ਪਰ ਗਨੀਮਤ ਇਹ ਰਹੀ ਕਿ ਹਾਦਸਾ ਰਾਤ ਕਰੀਬ 2 ਵਜੇ ਵਾਪਰਦਾ ਹੈ, ਜਦੋਂ ਦੁਕਾਨਾਂ ਬੰਦ ਸੀ। ਜੇਕਰ ਇਹ ਹਾਦਸਾ ਦਿਨ ਦੇ ਸਮੇਂ ਵਾਪਰਦਾ ਤਾਂ ਦੁਕਾਨਦਾਰਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ, ਕਿਉਂਕਿ ਇਹ 500 ਦਾ ਮੇਨ ਬਾਜ਼ਾਰ ਹੈ। ਪਰ ਹੈਰਾਨੀ ਵਾਲੀ ਗੱਲ ਤਾਂ ਇਸ ਹਾਦਸੇ ਦੌਰਾਨ ਉਦੋਂ ਸਾਹਮਣੇ ਆਈ ਜਦੋਂ ਦੁਕਾਨਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੀ ਹਾਦਸਾ 2 ਮਹੀਨੇ ਪਹਿਲਾਂ ਵੀ ਉਹੀ ਸਮਾਂ, ਉਹੀ ਦਿਨ ਤੇ ਉਹੀ ਤਰੀਕ ਨੂੰ ਵਾਪਰਿਆ, ਜੋ ਕਿ ਅੱਜ ਵਾਪਰਿਆ। ਤਾਂ ਇਸ ਮੌਕੇ ਪੀੜਿਤ ਦੁਕਾਨਦਾਰ ਨੇ ਵੀ ਕਿਹਾ ਕਿ ਤੇਜ਼ ਰਫ਼ਤਾਰ ਦੇ ਨਾਲ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ 2 ਮਹੀਨੇ ਪਹਿਲਾਂ ਅਜਿਹਾ ਹਾਦਸਾ ਹੋ ਚੁੱਕਿਆ। ਤਾਂ ਉਸ ਵਕਤ ਵੀ ਸ਼ਨੀਵਾਰ ਸੀ, ਉਹੀ ਤਰੀਕ ਸੀ ਤੇ ਉਹੀ ਸਮਾਂ ਸੀ, ਕਿਉਂਕਿ ਇਹ ਕੂਣੀ ਮੋੜ ਕਾਰਨ ਹਾਦਸੇ ਵਾਪਰ ਰਹੇ ਨੇ। ਤਾਂ ਜਦੋਂ ਇਹ ਸੜਕ ਬਣ ਰਹੀ ਸੀ ਤਾਂ ਇੱਥੇ ਕੋਈ ਵੀ ਸਪੀਡ ਬ੍ਰੇਕਰ ਨਾ ਲਗਾਏ ਹੋਣ ਕਰਕੇ ਵਾਹਨ ਤੇਜ਼ ਰਫ਼ਤਾਰ ਦੇ ਨਾਲ ਆਉਂਦੇ ਨੇ, ਜਿਸ ਕਰਕੇ ਇਹ ਵੱਡੇ ਹਾਦਸੇ ਵਾਪਰਦੇ ਨੇ। ਤਾਂ ਦੱਸ ਦਈਏ ਕਿ ਇਸ ਦੌਰਾਨ 4 ਦੁਕਾਨਾਂ ਦਾ ਕਰੀਬ 9 ਤੋਂ 10 ਲੱਖ ਰੁਪਏ ਦੇ ਕਰੀਬ ਦਾ ਭਾਰੀ ਨੁਕਸਾਨ ਦੱਸਿਆ ਜਾ ਰਿਹਾ, ਜਿਸ ਦੇ ਵਿੱਚ ਬੂਟਾਂ ਦੀ ਦੁਕਾਨ, ਭਾਂਡਿਆਂ ਦੀ ਦੁਕਾਨ, ਹੇਅਰ ਡਰੈਸਰ ਦੀ ਦੁਕਾਨ ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਸ਼ਾਮਿਲ ਹੈ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀਆਂ ਦੁਕਾਨਾਂ ਦਾ ਹੋਇਆ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਉਸੇ ਤਰੀਕ ਨੂੰ ਫੇਰ ਹੋਇਆ ਜੀ, 2 ਮਹੀਨੇ ਪਹਿਲਾਂ ਵੀ ਐਸੇ ਤਰੀਕ ਨੂੰ ਹੋਇਆ ਸੀ, ਸੈਚਰਡੇ ਉਦਣ ਸੀ, ਸੈਚਰਡੇ ਹੀ ਹੋਣਾ ਜੀ। ਬਾਈ ਵੀ ਮੁਕੱਦਰ ਦੀ ਗੱਲ ਹੈ, ਦੁਕਾਨਾਂ ਵਾਲਿਆਂ ਦੀ 2 ਮਹੀਨੇ ਪਹਿਲਾਂ ਵੀ ਜ਼ਿਆਦਾ ਨੁਕਸਾਨ ਹੋਇਆ, ਐਡ ਕੇ ਉਦੋਂ ਤਿੱਗਣਾ ਚੌਕਣਾ ਨੁਕਸਾਨ ਹੋ ਗਿਆ। ਕਿੰਨੀਆਂ ਦੁਕਾਨਾਂ ਡੈਮੇਜ ਹੋਈਆਂ? ਦੁਕਾਨਾਂ ਇਹ ਤਕਰੀਬਨ ਜੀ 4-5 ਦੁਕਾਨਾਂ ਬਣਦੀਆਂ ਨੇ ਜੀ, 4 ਤਾਂ ਵਿੱਕੀ ਦੀਆਂ ਹੀ ਬਣਦੀਆਂ, ਅਸ਼ੋਕ ਕੁਮਾਰ ਦੀਆਂ, ਇੱਕ ਰਾਣਾ ਜੀ ਦੀ ਹੋ ਗਈ ਜੀ। ਕਿੰਨੇ ਕੁ ਦਾ ਨੁਕਸਾਨ ਹੋ? ਨੁਕਸਾਨ ਹੈਗਾ ਜੀ, ਇਹ ਮੇਰੇ ਹਿਸਾਬ ਨਾਲ 8-9 ਲੱਖ ਦੇ ਗੇੜ 'ਚ ਨੁਕਸਾਨ ਹੈਗਾ। ਰੋਡ ਖਾਲੀ ਹੁੰਦਾ, ਰੋਡ ਹੁਣ ਸਾਫ ਨੇ, ਇਸ ਕਰਕੇ ਬਾਕੀ ਮੁਕੱਦਰਾਂ ਦੀ ਗੱਲ ਹੈ ਜੀ। ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ ਵੀ ਇਹਦਾ ਰੋਡ ਤੇ ਕੋਈ ਨਾ ਕੋਈ ਸਪੀਡ ਬ੍ਰੇਕਰ ਜਾਂ ਕੋਈ ਇੰਡੀਕੇਟਰ ਕਿਸੇ ਤਰੀਕੇ ਨਾਲ ਲਾਏ ਜਾਣ, ਜਿਹੜਾ ਦੂਰੋਂ ਆਉਂਦੇ ਡਰਾਈਵਰ ਨੂੰ ਦੇਖੇ। ਇਹੀ ਮੰਗ ਆ ਪ੍ਰਸ਼ਾਸਨ ਤੋਂ। ਮੈਂ ਨਾ ਪਵਨ ਕੁਮਾਰ ਰਾਣਾ ਜੀ, ਮੈਂ ਦੁਕਾਨ ਦਾ ਮਾਲਕ ਹਾਂ ਜਿੱਥੇ ਐਕਸੀਡੈਂਟ ਹੋਇਆ। ਘਟਨਾ ਜੀ, ਸੜਕ ਪਲੇਨ ਹੋਣ ਕਰਕੇ ਲੰਬੇ ਸਫ਼ਰ ਦੇ ਡਰਾਈਵਰ ਨੂੰ ਨੀਂਦ ਆ ਜਾਂਦੀ ਸੀ ਰਾਤ ਨੂੰ। ਇਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਬਾਜ਼ਾਰ ਦੇ ਵਿੱਚ 5-4 ਜਿਹੜੇ ਸਪੀਡ ਬ੍ਰੇਕਰ ਹੁੰਦੇ ਨੇ ਬਣਾਏ ਜਾਣ, ਤਾਂ ਜੋ ਰਾਤ ਦੇ ਸਮੇਂ ਗੱਡੀ ਤੇਜ਼ ਨਾ ਲੰਘੇ। ਉਹ ਤੇਜ਼ ਚਾਰ ਦੁਕਾਨਾਂ ਦਾ ਨੁਕਸਾਨ ਹੋ ਗਿਆ ਜੀ। ਸਭ ਤੋਂ ਵੱਧ ਅਸ਼ੋਕ ਕੁਮਾਰ ਧੀ ਦੀ ਦੁਕਾਨ ਹੈ ਵਿੱਕੀ ਦੀ, ਜਿਹਦਾ ਘੱਟੋ ਘੱਟ ਲੱਖਾਂ 'ਚ ਨੁਕਸਾਨ ਹੋਇਆ ਜੀ। ਅਸੀਂ ਦੇਖਿਆ ਵੀ ਬਾਕਾ ਉਹ ਵੀ ਨੀਂਦ ਆਉਣ ਕਰਕੇ ਹੋਇਆ ਸੀ, ਜਿਹੜਾ ਹੁਣ ਆਹ ਡਰਾਈਵਰ ਹੈ 5-7 ਵਜੇ ਰੋਡ 'ਤੇ ਚੱਲ ਰਿਹਾ ਹੈ। ਰਾਤ ਡਰਾਈਵਰ ਦਾ ਰਿਹਾ ਬਿਲਕੁਲ ਸੋਫੀ ਸੀ, ਕੋਈ ਕਹਿੰਦਾ ਸ਼ਰਾਬ ਪੀਤੀ, ਕੋਈ ਸ਼ਰਾਬ ਨਹੀਂ ਸੀ ਉਹਦੀ ਪੀਤੀ, ਉਹਦੇ ਵੀ ਸੱਟਾਂ ਲੱਗੀਆਂ ਨੇ। ਅੱਛਾ ਜੀ। ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਰੋਡ ਦੇ ਉੱਪਰ 1/2 ਕਿਲੋਮੀਟਰ ਬਾਅਦ ਸਪੀਡ ਬ੍ਰੇਕਰ ਬਾਜ਼ਾਰ 'ਚ ਬਣਾ ਦੇਣ, ਤਾਂ ਜੋ ਇਹ ਜੇ ਹਾਦਸੇ ਟਰਨ ਮੋੜ ਪੈਂਦਾ ਜੀ, ਟੀ ਮੋੜ ਕਹਿੰਦੇ ਹਾਂ ਆਪਾਂ, ਕਿਤੇ ਵੀ ਜਾ ਹਰੇਕ ਸਪੀਡ ਬ੍ਰੇਕਰ ਬਣੇ ਹੋਣੇ, ਉਹਨੇ ਨਹੀਂ ਬਣਾਏ ਉਹਨਾਂ ਨੇ। ਕਿੰਨੇ ਕੁ ਦਾ ਨੁਕਸਾਨ ਹੋਊਗਾ? ਇਹ ਨਾ ਕਰਦੇ ਕਰਦੇ 5-7 ਲੱਖ ਦਾ ਨੁਕਸਾਨ ਹੈਗਾ ਜੀ, ਮੋਟਾ ਮੋਟਾ, ਵੱਧ ਹੋ ਸਕਦਾ ਜੀ। ਜੇ ਹੁਣ ਲੈਂਟਰ ਗਿਰੇ, ਲੈਂਟਰ ਗਿਰਿਆ ਫਿਰ ਲੱਖਾਂ 'ਚ ਜਾਊਗਾ ਜੀ।